ਨਹਿਰ ਦੇ ਵਿੱਚ ਨਹਾਉਣਾ ਚਾਰ ਬੱਚਿਆਂ ਨੂੰ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਚਾਰ ਬੱਚੇ ਪਾਣੀ ਦੇ ਵਿੱਚ ਡੁੱਬ ਗਏ। ਹਾਲਾਂਕਿ ਤਿੰਨ ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ, ਪਰ ਇੱਕ ਬੱਚਾ ਪਾਣੀ ਦੇ ਬਹਾਵ ਦੇ ਕਾਰਨ ਨਹਿਰ ਦੇ ਵਿੱਚ ਹੀ ਲਾਪਤਾ ਹੋ ਗਿਆ, ਜਿਸ ਕਾਰਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਹ ਹਾਦਸਾ ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ ਤੋਂ ਸਾਹਮਣੇ ਆਇਆ, ਜਿੱਥੇ ਸਕੂਲਾਂ 'ਚ ਪਈਆਂ ਛੁੱਟੀਆਂ ਦੇ ਚੱਲਦੇ ਬੱਚੇ ਨਹਾਉਣ ਗਏ ਅਤੇ ਨਹਾਉਂਦੇ ਹੋਏ ਮਕਬੂਲਪੁਰਾ ਇਲਾਕੇ ਦੇ ਚਾਰ ਬੱਚੇ ਡੂੰਘੇ ਪਾਣੀ ਦੇ ਵਿੱਚ ਚਲੇ ਗਏ ਅਤੇ ਇਸ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਤਿੰਨ ਬੱਚਿਆਂ ਨੂੰ ਡੁੱਬਣ ਤੋਂ ਬਚਾ ਲਿਆ ਗਿਆ, ਪਰ ਚੌਥੇ ਦਾ ਅਜੇ ਕੋਈ ਸੁਰਾਗ ਨਹੀਂ ਮਿਲ ਰਿਹਾ। ਫਿਲਹਾਲ ਗੋਤਾਖੋਰਾਂ ਵੱਲੋਂ ਇਸ ਸੰਬੰਧੀ ਭਾਲ ਕੀਤੀ ਜਾ ਰਹੀ ਹੈ। ਪਰਿਵਾਰ ਗੁਹਾਰ ਲਗਾ ਰਿਹਾ ਕਿ ਉਹਨਾਂ ਦੇ ਬੱਚੇ ਦੀ ਭਾਲ ਕੀਤੀ ਜਾਵੇ ਅਤੇ ਨਹਿਰ ਦੇ ਵਿੱਚੋਂ ਕੱਢਿਆ ਜਾਵੇ। ਦੱਸਣਾ ਬਣਦਾ ਹੈ ਕਿ ਅਜਿਹੇ ਹੀ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ, ਜਿੱਥੇ ਸਤਲੁਜ ਦਰਿਆ ਦੇ ਵਿੱਚ 6 ਦੋਸਤ ਇਕੱਠੇ ਨਹਾਉਣ ਗਏ ਅਤੇ 6ਵਾਂ ਦੇ ਵਿੱਚੋਂ 4 ਬੱਚੇ ਡੈਮ ਦੇ ਵਿੱਚ ਡੁੱਬ ਗਏ। ਇਹ ਖਬਰ ਪੰਚਕੂਲਾ ਤੋਂ ਸਾਹਮਣੇ ਹੈ ਤੇ ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਵੀ ਸਾਹਮਣੇ ਆਇਆ, ਜਿੱਥੇ ਸਤਲੁਜ ਦਰਿਆ ਦੇ ਵਿੱਚ 4 ਬੱਚੇ ਡੁੱਬ ਗਏ ਤੇ 2 ਦੀ ਜਾਨ ਬਚ ਗਈ। ਦਰਅਸਲ ਸਕੂਲਾਂ ਦੇ ਵਿੱਚ ਛੁੱਟੀਆਂ ਪਈਆਂ ਹੋਈਆਂ ਨੇ ਤੇ ਬੱਚੇ ਦੋਸਤਾਂ ਦੇ ਨਾਲ ਨਹਿਰ ਦੇ ਵਿੱਚ ਨਹਾਉਣ ਚਲੇ ਜਾਂਦੇ ਨੇ, ਪਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕੁਝ ਸਮੇਂ ਦਾ ਇੰਜੋਇਮੈਂਟ ਉਹਨਾਂ ਦੀ ਜ਼ਿੰਦਗੀ ਲਈ ਭਾਰੀ ਪੈ ਸਕਦਾ ਹੈ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਨਹਿਰ ਤੇ ਨਹਾਉਣਾ ਕੋਈ ਖਤਰੇ ਤੋਂ ਘੱਟ ਨਹੀਂ ਹੁੰਦਾ। ਹਾਂਜੀ, ਕੀ ਮਸਲਾ ਜੀ? ਇੱਥੇ ਮਸਲਾ ਇਹ ਹੈ ਵੀ ਬੱਚੇ ਨਹਿਰ ਦੇ ਨਹਾਉਣ ਆਏ ਸੀ। ਹਾਂਜੀ, ਤੇ ਮੁੰਡਾ ਮੇਰਾ ਵੀ ਆਇਆ ਸੀ ਨਹਾਉਣ ਨਹਿਰ ਦੇ, ਤੇ ਮੈਂ ਇਹ ਤਾਂ ਮੈਨੂੰ ਘਰੋਂ ਪਤਾ ਲੱਗਿਆ ਵੀ ਮੁੰਡਾ ਨਹਿਰ ਤੋਂ ਨਹਾਉਣ ਆਇਆ ਵਾ। ਕਿੰਨੇ ਜਾਣੇ ਨਹਾਉਣ ਆਏ ਟੋਟਲ? ਇੱਥੇ ਨਹਾਉਣ ਆਏ ਸੀ ਘੱਟੋ ਘੱਟ 7-8 ਜਾਣੇ ਆਏ। ਅੱਛਾ ਜੀ, ਤੇ ਇਹਨੂੰ ਸਾਨੂੰ ਪਤਾ ਲੱਗਿਆ, ਮੈਂ ਮੁੰਡੇ ਨੂੰ ਵੀਰ ਨੂੰ ਫੋਨ ਕੀਤਾ, ਮੈਂ ਵੀ ਇਹ ਤਾਂ ਮੁੰਡੇ ਨਹਿਰ ਤੇ ਨਹਾਉਣ ਗਏ ਆ ਤੇ ਆਓ ਚੱਲੀਏ ਆਪਾਂ, ਲੈ ਕੇ ਇਹਨਾਂ ਨੂੰ ਮੋਟਰਸਾਈਕਲ। ਅੱਛਾ ਜੀ, ਤੇ ਜਦੋਂ ਅਸੀਂ ਨਹਿਰ ਤੇ ਆਏ ਨਹਾਉਂਦੇ ਪਏ ਸੀ, ਤੇ ਇਹਨਾਂ ਨੂੰ ਮੈਂ ਦਬਕਾ ਮਾਰਿਆ ਵੀ ਚਲੋ ਬਾਹਰ ਨਿਕਲੋ ਵੀ ਚਲੋ ਚੱਲੀਏ ਘਰੇ, ਤੇ ਕਹਿੰਦੇ ਸਾਨੂੰ ਨਹਾ ਲੈਣ ਦਿਓ 5 ਮਿੰਟ ਅਸੀਂ ਨਾ ਫਿਰ ਚੱਲ ਜਾਂਦੇ ਹਾਂ। ਅਤੇ ਮੈਂ ਚਲੋ ਨਹਾ ਲਓ, ਅਸੀਂ ਨਾ ਬਾਹਰ ਖਲੋਤੇ ਹਾਂ ਨਹਿਰ ਦੇ ਵਿੱਚ ਨਹੀਂ ਵੜੇ, ਬਾਹਰ ਖਲੋਤੇ ਅਤੇ ਨਹਾਉਂਦੇ ਪਏ, ਅਤੇ ਨਹਾਉਂਦੇ ਨਹਾਉਂਦੇ ਨਾ ਥੋੜ੍ਹਾ ਜਿਹਾ ਅਗਾਂਹ ਗਏ ਅਤੇ ਅਗਲੇ ਬੰਦੇ ਨਹਿਰ ਦੇ ਵਿੱਚ ਟੋਇਆ ਸੀ ਥੱਲੇ, ਉੱਥੋਂ ਰੇਤਾ ਰੁਤਾ ਵੀ ਕਈਆਂ ਨੇ ਕੱਢੀ ਆ ਜਦੋਂ ਨਹਿਰ ਸੁੱਤੀ ਸੀ, ਅਤੇ ਡੂੰਘੀ ਸੀ ਨਹਿਰ, ਰੇਤਾ ਜੇ ਟੋਇਆ ਪਿਆ ਤਾਂ ਉੱਥੇ ਪੈਰ ਚਲ ਗਿਆ ਬੱਚੇ ਦਾ, ਉੱਥੋਂ ਇਹਦਾ ਇੱਕ ਨੂੰ ਇਹ 2-3 ਜਣੇ ਨਹਾਉਂਦੇ ਸੀ, ਇੱਕ ਡੁੱਬਿਆ ਤਾਂ ਉਹਦੇ ਨਾਲ ਹੀ 2-3 ਜਣਿਆਂ ਨੂੰ ਲੈ ਗਿਆ ਨਾਲ। ਅੱਛਾ ਜੀ, ਅਤੇ ਉਹ ਡੁੱਬਦੇ ਡੁੱਬਦੇ ਨਾ ਸਾਡੇ ਮੇਰੇ ਭੁਲੇਖੇ ਵੀ ਇੱਦਾਂ ਮਜ਼ਾਕ ਡੇ ਕਰਨ ਖੇਡਣ ਦੇ ਸੀ, ਅਤੇ ਮੈਨੂੰ ਤਾਂ ਪਤਾ ਲੱਗਾ ਵੀ ਇਹ ਤਾਂ ਨਹੀਂ, ਇਹ ਕੰਮ ਖਰਾਬ ਹੋ ਗਿਆ, ਮੈਂ ਛਾਲ ਮਾਰੀ 3 ਜਣਿਆਂ ਨੂੰ ਮੈਂ ਕੱਢ ਲੈ ਆਉਂਦਾ, ਅਤੇ ਦੂਜਾ ਗਾਂਹ ਚਲ ਗਿਆ ਡੁੱਬਦਾ ਡੁੱਬਦਾ ਗਾੜੀ ਚਲੇ ਗਿਆ, ਅਤੇ ਉਹਦੇ ਕੋਲ ਉਹ ਫੜਿਆ ਨਹੀਂ ਗਿਆ ਮੇਰੇ ਕੋਲ, ਇਹ 3 ਜਣਿਆਂ ਨੂੰ ਮੈਂ ਕੱਢ ਕੇ ਲਿਆ। ਕਿੰਨਾ ਸਮਾਂ ਹੋ ਚੁੱਕਾ ਨਹਿਰ ਦੇ ਵਿੱਚ ਬੱਚਾ ਜਿਹੜਾ ਲਾਪਤਾ ਹੋ ਚੁੱਕਾ? ਇਹ 3-3:30 ਵਜੇ ਦਾ ਟਾਈਮ ਹੈਗਾ ਸੀ। ਤਾਂ ਹੁਣ ਕਿੰਨਾ ਸਮਾਂ ਹੋ ਚੁੱਕਾ? ਅਸੀਂ ਆਪ ਹੀ ਡਏ ਹਾਂ ਕਰਨ, ਕੋਈ ਪ੍ਰਸ਼ਾਸਨ ਨਹੀਂ ਆਇਆ, ਆਪਾਂ ਫੋਨ ਵੀ ਕੀਤਾ ਸਾਰਿਆਂ ਨੂੰ, ਠੀਕ ਹੈ, ਅਤੇ ਉੱਥੇ ਨਹਿਰ 'ਤੇ ਵੀ ਗਏ, ਤਾਰਾਂ ਵਾਲੇ ਪੁਲ 'ਤੇ ਵੀ ਗਏ ਆ ਬੰਦੇ ਲੱਭਣ, ਉੱਥੋਂ ਵੀ ਆਏ ਆ 2-4 ਜਣੇ ਆਏ ਆ ਕੱਢ ਕੁ ਲੱਭ ਲੁੱਭ ਕੇ ਚਲੇ ਗਏ, ਕਹਿੰਦੇ ਵੀ ਨਹੀਂ ਇੱਥੇ ਨਹੀਂ। ਕੀ ਮੰਗ ਆ ਹੁਣ ਤੁਹਾਡੀ? ਪ੍ਰਸ਼ਾਸਨ ਕੋਲ ਮੰਗ ਇਹ ਆ ਵੀ ਅਸੀਂ ਆਪਣੇ ਬੱਚੇ 3 ਬਚਾ ਲਏ, ਜਿਹੜਾ ਇੱਕ ਰਹਿ ਗਿਆ ਉਹਨੂੰ ਵੀ ਬਚਾ ਦਿਓ, ਉਹਨੂੰ ਵੀ ਕੱਢ ਦਿਓ ਬਾਹਰ, ਲੱਭਿਆ ਜਾਵੇ ਆ ਕੇ, ਲੱਭਿਆ ਜਾਵੇ। ਕਿੱਥੋਂ ਦੇ ਰਹਿਣ ਵਾਲੇ ਹੋ? ਮਕਬੂਲਪੁਰੇ ਤੋਂ। ਤੇ ਕਿੱਥੇ ਆਏ ਸੀ ਤੁਸੀਂ? ਆਪਾਂ ਤੇ ਇੱਥੇ ਬੱਚੇ ਨਹਾਉਣ ਆਏ ਸੀ। ਕਿਹੜੀ ਥਾਂ ਤੇ? ਇੱਥੇ ਤਾਰਾਂ ਵਾਲੇ ਪੁੱਲ ਲੱਗੇ। ਅੱਛਾ ਜੀ, ਕੀ ਹੋਇਆ ਫਿਰ ਇੱਥੇ? ਇੱਥੇ ਉਹ ਬੱਚੇ ਨਹਾਉਣ ਆਏ ਸੀ ਤੇ ਉਹ ਨਹਾਉਂਦੇ ਪਏ ਸੀ, ਤੇ ਆਪਾਂ ਭਾਜੀ ਨਾਲ ਮੈਨੂੰ ਫੋਨ ਕੀਤਾ ਸੀ, ਕਹਿੰਦੇ ਵੀ ਬੱਚੇ ਨਹਾਉਣਗੇ ਆਇਓ ਚੱਲੀਏ ਵੇਖਣ ਉਹਨਾਂ, ਤੇ ਮੈਂ ਇਹਨਾਂ ਦੇ ਨਾਲ ਆਇਆ ਤੇ ਬੱਚੇ ਨਹਾਉਂਦੇ ਪਏ, ਇਹਨਾਂ ਦਬਕਾ ਮਾਰਿਆ ਤੇ ਕਹਿੰਦੇ 2 ਮਿੰਟ ਰੁਕ ਜਾਓ ਬਸ ਤੇ ਆਪਾਂ ਆਉਣ ਲੱਗੇ ਹਾਂ ਤੇ ਫਿਰ ਚੱਲਦੇ ਹਾਂ, ਤੇ ਉਹਦੇ ਵਿੱਚ ਟੋਇਆ ਹੈਗਾ ਸੀ, ਲੋਕਾਂ ਮਿੱਟੀ ਕੱਢੀ ਹੈਗੀ ਸੀ, ਤੇ ਉਹਦੇ ਵਿੱਚ ਉਹਦਾ ਮੁੰਡੇ ਦਾ ਪੈਰ ਅੱਗੇ ਪੈ ਗਿਆ ਵਾ। ਅੱਛਾ ਜੀ। ਹਾਂਜੀ,
ਤੇ ਉਹ ਫਿਰ ਅੱਗੇ ਦੌੜਦਾ ਚਲ ਗਿਆ ਵਾ ਅੱਗੇ। ਹਾਂਜੀ, ਤੇ ਹੁਣ ਆਪਣੀ ਇਹੀ ਮੰਗ ਆ ਵੀ ਬਸ ਜਿਹੜੇ ਅਸੀਂ ਤਿੰਨ ਬੱਚੇ ਉਹ ਕੱਢਦੇ ਆ, ਤੇਰਾ ਇੱਕ ਮੁੰਡਾ ਡੁੱਬ ਗਿਆ ਵਾ ਨਾ ਉਹਨੂੰ ਬਸ। ਗੋਤਾਖੋਰ ਵੀ ਇੱਥੇ ਪਹੁੰਚੇ ਨੇ, ਕੀ ਪਤਾ ਲੱਗਾ ਹੁਣ ਤੱਕ? ਗੋਤਾਖੋਰ ਆਏ ਸੀ, ਉਹਨਾਂ ਕੋਲ ਕੁਝ ਨੀ ਬਣਿਆ ਜੀ, ਲੱਭਾ ਨੀ ਉਹਨਾਂ ਨੂੰ। ਅੱਛਾ ਜੀ, ਹਾਂਜੀ, ਹੁਣ ਕੀ ਮੰਗ ਆ ਜੀ? ਸਾਡੀ ਇਹੀ ਮੰਗ ਆ ਵੀ ਜਿਹੜਾ ਇੱਕ ਮੁੰਡਾ ਰਹਿੰਦਾ ਉਹ ਵੀ ਲੱਭਾ ਦਿੱਤਾ ਜਾਵੇ। ਇਸ ਜਗ੍ਹਾ ਤੇ ਨਹਿਰ ਤੇ ਤੁਹਾਨੂੰ ਪਤਾ ਕਿ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਤੇ ਗਰਮੀਆਂ ਦੀਆਂ ਛੁੱਟੀਆਂ ਦੇ ਕਾਰਨ ਬੱਚੇ ਨਹਾਉਣ ਆਏ ਸੀਗੇ ਤੇ ਮਕਬੂਲਪੁਰੇ 6 ਨੰਬਰ ਗਲੀ ਦੇ ਬੱਚੇ ਆ, ਔਰ ਜਦੋਂ ਪਤਾ ਲੱਗਾ ਤੇ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਲਾਪਤਾ ਸੀਗਾ ਜਿਹੜਾ ਮਤਲਬ ਕਿ ਨਹਾਉਣ ਆਇਆ ਸੀਗਾ ਤੇ ਉਹ ਡੁੱਬ ਗਿਆ, ਤੇ ਡੁੱਬਣ ਤੋਂ ਬਾਅਦ ਗੋਤਾਖੋਰਾਂ ਨੂੰ ਵੀ ਬੁਲਾਇਆ ਗਿਆ ਤੇ 3 ਵਜੇ ਤੋਂ ਲੈ ਕੇ ਹੁਣ ਤੱਕ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਆ, ਪਰ ਉਹ ਬੱਚਾ ਨਹੀਂ ਲੱਭਾ ਜਿਸ ਦਾ ਨਾਮ ਹੈ ਸਮੀਰ, ਮਕਬੂਲਪੁਰਾ 6 ਨੰਬਰ ਗਲੀ ਦਾ ਰਹਿਣ ਵਾਲਾ। ਔਰ ਪ੍ਰਸ਼ਾਸਨ ਵੱਲੋਂ ਵੀ ਕੋਈ ਹੈਲਪ ਮਦਦ ਵਗੈਰਾ ਹਜੇ ਤੱਕ ਨਹੀਂ ਸਾਡੀ ਕੀਤੀ ਗਈ ਤਾਂ ਕਿ ਸਾਡਾ ਬੱਚਾ ਮਿਲ ਸਕੇ। ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਆ ਕਿ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ, ਕਿਉਂਕਿ ਬੱਚੇ ਦੀ ਮਾਂ, ਦਾਦੀ, ਸਾਰਾ ਏਰੀਆ ਹੀ ਬਹੁਤ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਵਾ ਕਿ ਬੱਚਾ ਲਾਪਤਾ ਹੈ। ਅਸੀਂ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਬੱਚਾ ਮਿਲ ਜਾਵੇ ਤਾਂ ਕਿ ਸਾਰੇ ਮਤਲਬ ਕਿ ਆਪਣੀ ਤਸੱਲੀ ਸਭ ਨੂੰ ਮਿਲ ਸਕੇ। ਠੀਕ ਹੈ। ਘਰ ਦੇ ਵਿੱਚ ਨਾ ਉਹਦਾ